ਭਾਰਤ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਭਾਰਤ ਦੇ ਵਿੱਚ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਦੇ ਵਿੱਚ ਅੱਜ ਫਰੀਦਕੋਟ ਦੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੀ ਰੋਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਅਤੇ ਨਾਗਰਿਕਤਾ ਸੋਧ ਬਿੱਲ ਨੂੰ ਕਾਲਾ ਕਾਨੂੰਨ ਦੱਸਦੇ ਹੋਏ ਇਸ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕੀਤੀ। ਜਗਤ ਸੇਵਕ ਵੈਬ ਟੀਵੀ ਲਈ ਫਰੀਦਕੋਟ ਤੋਂ ਜਸਵਿੰਦਰ ਜੱਸੀ ਦੀ ਰਿਪੋਰਟ। ਅੱਜ ਜੋ ਪ੍ਰੋਟੈਸਟ ਕੀਤਾ ਹੈ ਸਾਰੇ ਅਸੀਂ ਸਾਰੇ ਸੰਗਤ ਸਾਥੀ ਇਕੱਠਾ ਹੋਇਆ ਇਸ ਕਰਕੇ ਇਹ ਜੋ ਕਾਲਾ ਕਾਨੂੰਨ ਲਿਆ ਉਸ ਸੰਬੰਧ ਵਿੱਚ ਅਸੀਂ ਇਹਦਾ ਖਿਲਾਫ਼ ਨਾਰਾ ਲਗਾ ਰਿਹਾ ਬਈ ਕਾਲਾ ਕਾਨੂੰਨ ਵਾਪਸ ਲਿੱਤਾ ਜਾਣ, ਜਿਹੜਾ ਕਿ ਭਾਈਚਾਰਾ ਦਾ ਵਿੱਚ ਬਹੁਤ ਰੋਸ ਹੈ ਕਿ ਬਈ ਇਹ ਜੋ ਗਲਤ ਕਾਨੂੰਨ ਹੈ ਇਸ ਅਸੀਂ ਵਿਰੋਧ ਕਰਦੇ ਹਾਂ। ਜੀ ਮੈਂ ਕਹਿਣਾ ਚਾਹਤਾ ਹੂੰ ਨਰੇਂਦਰ ਮੋਦੀ ਜੀ ਸੇ ਮੇਰੀ ਅਪੀਲ ਹੈ, ਹੁਣ ਤੱਕ ਮੈਂ ਬਾਤ ਪਹੁੰਚਾਉਣਾ ਚਾਹਤਾ ਹੂੰ ਮੈਂ ਆਪਣੀ। ਮੇਰਾ ਕਹਿਣਾ ਇਹ ਹੈ ਕਿ ਹਿੰਦੂ ਮੁਸਲਿਮ ਸਿੱਖ ਈਸਾਈ ਸਭ ਭਾਈ ਭਾਈ ਪਿਆਰ ਮੁਹੱਬਤ ਕਾ ਨਾਰਾ ਦੇ, ਯਾ ਐਸਾ ਆਪਸ ਮੇਂ ਬਾਂਟਣਾ ਕਭੀ NRC ਕਭੀ ਕਈ ਲੜੇ ਝਗੜੇ ਕੋ ਇੱਕ ਸ਼ਾਂਤੀ ਕਰਾਵੇ, ਦੇਸ਼ ਕੋ ਆਗੇ ਬੜਾਨੇ ਕਾ ਕਾਮ ਕਰੇ। ਮੈਂ ਇੱਕ ਪੜ੍ਹਾ ਲਿਖਾ ਤੋ ਨਹੀਂ ਮਗਰ ਯੇ ਮਾਹੌਲ ਖਰਾਬ ਹੋ ਕੇ ਦਿਖ ਰਹਾ ਕਿ ਦੇਸ਼ ਆਗੇ ਨਹੀਂ ਪੀਛੇ ਜਾ ਰਹਾ ਹੈ। ਵੇ ਇੱਕ ਪੜ੍ਹੇ ਲਿਖੇ ਆਦਮੀ ਉਹਨੇ ਸਮਝਣਾ ਚਾਹੀਏ, ਹਮ ਆਪਣੇ ਦੇਸ਼ ਕੋ ਆਗੇ ਲੇਕਰ ਇੱਕ ਸਾਥ ਜੁਟ ਹੋ ਕੇ ਹੀ ਚਲੇ ਗਏ ਤੋ ਦੂਸਰਾ ਵੀ ਹਮਾਰਾ ਦੇਸ਼ ਸੋਚੇਗਾ ਹਮਸੇ ਬਾ ਵੋ ਕਰ ਤੋ ਲੜੇ ਕਰ ਤੋ। ਮੇਰਾ ਇਹ ਕਹਿਣਾ ਹੈ ਕਿ ਉਨਸੇ ਇੱਕ ਸਾਥ ਲੈ ਕੇ ਚਲੇ, ਹਮੇ ਹਮਾਰਾ ਖੂਨ ਦੇਸ਼ ਕੇ ਲੀਏ ਜਹਾਂ ਵੀ ਜ਼ਰੂਰਤ ਹੋ ਹਮੇ ਯੂਜ ਕਰੇ, ਐਸੇ ਨਾ ਹਮੇ ਰੋਡ ਪੇ ਮਾਰਾ ਜਾਵੇ, ਕੁਛ ਨਾ ਹਮ ਪੇ ਇਲਜ਼ਾਮ ਲਗਾਏ ਜਾਵੇ, ਜੋ ਵੀ ਦੇਸ਼ ਕੇ ਲੀਏ ਜ਼ਰੂਰਤ ਹੋ ਹਮ ਤਿਆਰ ਇਸ ਦੇਸ਼ ਕੇ ਲੀਏ। ਨਰੇਂਦਰ ਮੋਦੀ ਸੇ ਮੇਰੀ ਖਾਸ ਕਰਕੇ ਅਪੀਲ ਹੈ ਕਿ ਹਮ ਸਭ ਕੋ ਇੱਕ ਸਾਥ ਜੋ ਸਟੂਡੈਂਟ ਕੋ ਮਾਰਾ ਜਾ ਰਹਾ ਹੈ ਉਨਕੇ ਸਾਥ ਜਾਸਤੀ ਹੋ ਰਹੀ ਹੈ, ਯੇ ਬਿਲਕੁਲ ਵੀ ਨਾ ਹੋ। ਹਿੰਦੂ ਮੁਸਲਿਮ ਸਿੱਖ ਈਸਾਈ ਸਭ ਭਾਈ ਭਾਈ ਪਿਆਰ ਮੁਹੱਬਤ ਕਾ ਨਾਰਾ ਹੋ, ਸਭ ਕੋ ਇੱਕ ਸਾਥ ਜੋੜਨੇ ਕਾ ਨਾਰਾ ਹੋ ਤੋ ਦੇਸ਼ ਕੋ ਆਗੇ ਬੜਾਨੇ ਕਾ ਹਮੇ ਹਮਾਰੀ ਸਮਝ ਮੇ ਆਏਗੀ ਕਿ ਦੇਸ਼ ਕੋ ਆਗੇ ਲੈ ਜਾਣਾ ਚਾਹ ਰਹਾ ਹੈ ਬਸ। ਹਾਂਜੀ ਮੈਂ ਹਮ ਉਸ ਕੇ ਬਹੁਤ ਖਿਲਾਫ਼ ਹੈ, ਬਹੁਤ ਅਲੱਗ ਹੈ ਸਾਰੇ ਸਟੂਡੈਂਟ ਜੋ ਪੜ੍ਹੇ ਲਿਖੇ ਹੈ ਜਿਨਕੀ ਸਮਝ ਮਾ ਰਹੀ ਮੈਂ ਤੋ ਇਤਨਾ ਹੂੰ ਨਹੀਂ, ਮਗਰ ਮੇਰਾ ਇਹ ਕਹਿਣਾ ਸਭ ਇਸਕੇ ਖਿਲਾਫ਼ ਹੈ, ਹਿੰਦੂ ਮੁਸਲਿਮ ਸੇ ਵੀ ਸਭ ਇੱਕ ਸਾਥ ਹੋ ਗਿਆ ਹੈ, ਸਭ ਇਸਕਾ ਵਿਰੋਧ ਕਰ ਰਹਾ ਹੈ, ਉਹਨੇ ਹੋ ਜਾਣਾ ਚਾਹੀਏ ਕਿ ਅਬ ਵਾਪਸ ਲੈ, ਇਹ ਬਹੁਤ ਗਲਤ ਹੈ। ਸਮੁੱਚੇ ਭਾਰਤ ਦੇ ਵਿੱਚ ਜੋ ਕਾਨੂੰਨ ਲੈ ਕੇ ਆਈ ਆ ਭਾਰਤ ਸਰਕਾਰ CA ਕਾਨੂੰਨ ਲੈ ਕੇ ਆਈ ਆ, ਜੋ ਨਾਗਰਿਕ ਸੋਧ ਬਿੱਲ ਲੈ ਕੇ ਆਈ ਉਹਦੇ ਵਿਰੋਧ 'ਚ, ਜਿੱਥੇ ਜਿਹਦੇ ਵਿੱਚੋਂ ਮੁਸਲਮਾਨ ਭਾਈਚਾਰੇ ਨੂੰ ਬਾਹਰ ਰੱਖਿਆ ਗਿਆ, ਬਹੁਤ ਘੱਟ ਗਿਣਤੀਆਂ 'ਤੇ ਹਮਲਾ ਇੱਕ, ਕਿਉਂਕਿ ਜੋ ਭਾਰਤ ਦੇਸ਼ ਇਹਨੂੰ ਯਾਦ ਕਰਵਾਉਣ ਲਈ ਜਿੱਥੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ, ਹਿੰਦੂ ਭਾਈਚਾਰੇ ਨੇ ਕੁਰਬਾਨੀਆਂ ਦਿੱਤੀਆਂ, ਉੱਥੇ ਮੁਸਲਮਾਨ ਭਾਈਚਾਰੇ ਨੇ ਵੀ ਇਹ ਭਾਰਤ ਨੂੰ ਯਾਦ ਕਰਵਾਉਣ ਲਈ ਵੱਡੇ ਪੱਧਰ 'ਤੇ ਕੁਰਬਾਨੀਆਂ ਦਿੱਤੀਆਂ, ਤਾਂ ਇਹ ਦੇਸ਼ ਅੰਗਰੇਜ਼ਾਂ ਤੋਂ ਯਾਦ ਹੋਇਆ। ਅੱਜ ਬਹੁਤ ਮਾੜੀ ਗੱਲ ਆ ਭਾਰਤ ਸਰਕਾਰ ਵੱਲੋਂ ਜੋ ਮੁਸਲਮਾਨ ਭਾਈਚਾਰੇ ਨਾਲ ਜੇ ਧੱਕਾ ਹੋ ਰਿਹਾ, ਅਸੀਂ ਅੱਜ ਤਾਂ ਹੀ ਅੱਜ ਸਿੱਖ ਜਥੇਬੰਦੀਆਂ ਵੱਲੋਂ ਹਾਜ਼ਰ ਹੋਏ ਹਾਂ, ਕਿਉਂਕਿ ਸਿੱਖ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ਼ ਡਟਿਆ। ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਬਾਬਰ ਦੇ ਖਿਲਾਫ਼ ਉਹਨੂੰ ਜਾਬਰ ਕਿਹਾ ਜਦੋਂ ਜ਼ੁਲਮ ਕਰਦਾ ਸੀ। ਗੁਰੂ ਤੇਗ ਬਹਾਦਰ 9ਵੇਂ ਪਾਤਸ਼ਾਹ ਜੀ ਨੇ ਜਦੋਂ ਮੁਗਲ ਬਾਦਸ਼ਾਹ ਹਿੰਦੂਆਂ 'ਤੇ ਜ਼ੁਲਮ ਕਰਦਾ ਸੀ, ਉਹਨਾਂ ਨੇ ਸੀਸ ਦਿੱਤਾ ਮਨੁੱਖਤਾ ਦੀ ਖਾਤਰ ਆਪਦੀ ਛਾਤੀ ਉਡਾਈ। ਅੱਜ ਜੋ ਮੋਦੀ ਸਰਕਾਰ ਅੱਜ ਮੁਸਲਮਾਨ ਭਾਈਚਾਰੇ 'ਤੇ ਜ਼ੁਲਮ ਕਰ ਰਹੀ ਆ, ਉਹਦੇ ਖਿਲਾਫ਼ ਅੱਜ ਸਿੱਖ ਭਾਈਚਾਰਾ ਇਹ ਮੁਸਲਮਾਨ ਭਾਈਚਾਰੇ ਦੇ ਨਾਲ ਆ, ਜ਼ੁਲਮ ਦੇ ਖਿਲਾਫ਼ ਹਾਂ ਅਸੀਂ ਹਮੇਸ਼ਾ ਹੀ ਸਿੱਖ ਭਾਈਚਾਰਾ, ਮਨੁੱਖਤਾ ਦੀ ਖਾਤਰ ਅਸੀਂ ਇਹਨਾਂ ਦੇ ਨਾਲ ਹਾਂ ਜੋ ਇਹ ਜ਼ੁਲਮ ਢਾਇਆ ਜਾ ਰਿਹਾ। ਕਦੇ ਜੰਮੂ ਕਸ਼ਮੀਰ 'ਚ ਧਾਰਾ 370 ਹਟਾਈ ਜਾ ਰਹੀ ਆ, ਕਦੇ 3 ਤਲਾਕਾਂ ਦਾ ਜੋ 3 ਤਲਾਕ ਆ ਉਹਨਾਂ ਦਾ ਮੁੱਦਾ ਲਿਆ ਰਹੇ ਆ, ਘੱਟ ਗਿਣਤੀਆਂ 'ਤੇ ਹਮਲੇ ਕਰ ਰਹੇ ਆ, ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਜੇ ਬਿੱਲ ਲੈ ਕੇ ਆਏ CAB ਬਿੱਲ ਲੈ ਕੇ ਆਏ ਆ, ਇਹਨੂੰ ਵਾਪਸ ਲਵੇ ਭਾਰਤ ਸਰਕਾਰ, ਅਤੇ ਅਸੀਂ ਇਸ ਮੁਸਲਮਾਨ ਭਾਈਚਾਰੇ ਨੂੰ ਵਿਸ਼ਵਾਸ ਦਿਵਾਉਣੇ ਅਸੀਂ ਇਹਨਾਂ ਦੇ ਹਮੇਸ਼ਾ ਇਹਨਾਂ ਦੇ ਨਾਲ ਹਾਂ ਜੋ ਇਹਨਾਂ 'ਤੇ ਹਮਲਾ ਹੋ ਰਿਹਾ। ਸਿੱਖ ਜਥੇਬੰਦੀਆਂ ਹਮੇਸ਼ਾ ਹੀ ਉਹਨਾਂ ਦਾ ਡਟ ਕੇ ਸਾਥ ਦੇਣਗੀਆਂ ਜ਼ੁਲਮ ਦੇ ਖਿਲਾਫ਼ ਹਾਂ ਅਸੀਂ। ਜੋ ਜ਼ੁਲਮ ਕਰ ਰਿਹਾ, ਜੋ ਜ਼ੁਲਮ ਕਰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਗਾ, ਉਹ ਚਾਹੇ ਉਹ ਮੁਗਲ ਬਾਦਸ਼ਾਹ ਸੀ, ਚਾਹੇ ਅੱਜ ਜੋ ਹਿੰਦੂ ਜੋ ਰਾਜ ਕਰ ਰਹੇ ਆ ਮੋਦੀ ਸਰਕਾਰ ਅਮਿਤ ਸ਼ਾਹ, ਉਹਨਾਂ ਨੂੰ ਸਾਡੀ ਅਪੀਲ ਆ ਕਿ ਇਹ ਬਿੱਲ ਵਾਪਸ ਲਿਆ ਜਾਵੇ।
ਅਸੀਂ ਅੱਜ ਜੋ ਇਸ ਸਰਕਾਰ ਦੇ ਬਣਾਏ ਹੋਏ ਕਾਲੇ ਕਾਨੂੰਨ ਹੈ ਇਹਨਾਂ ਦੇ ਬਿਲਕੁਲ ਖਿਲਾਫ ਹੈ। ਹਿੰਦੂ ਮੁਸਲਮਾਨ ਸਿੱਖ ਭਾਈਚਾਰਾ ਇੱਕ ਬਰਾਬਰ ਦੀ ਸਾਂਝ ਹੈ, ਹਰ ਕੰਮ ਦੇ ਵਿੱਚ ਅਸੀਂ ਇਕੱਠੇ ਹੁੰਦੇ ਹਾਂ, ਪਰ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਵੀ ਮੁਸਲਮਾਨ ਭਾਈਚਾਰੇ ਨੂੰ ਵੱਖਰਾ ਰੱਖਿਆ ਜਾਵੇ ਔਰ ਸਮਾਜ ਦੇ ਵਿੱਚ ਵੰਡ ਪਾਈ ਜਾਵੇ, ਇਹ ਕਾਲੇ ਕਾਨੂੰਨ ਵਾਪਸ ਲਏ ਜਾਣ ਔਰ ਦੇਸ਼ ਦੀ ਹਰ ਹੋਣ ਵਾਲੀ ਹਾਨੀ ਨੂੰ ਮੋਦੀ ਸਰਕਾਰ ਅਤੇ ਅਮਿਤ ਸ਼ਾਹ ਇਹ ਰੋਕਣ। ਅਗਰ ਇਹੋ ਜਿਹੇ ਹੀ ਕਾਨੂੰਨ ਬਣਾ ਕੇ ਪਾਸ ਕਰਦੀ ਰਹੂਗੀ ਤਾਂ ਇਹ ਕਾਮਯਾਬ ਨਹੀਂ ਹੋਊਗੀ। ਸਾਡੇ ਗੁਰੂਆਂ ਦਾ ਉਪਦੇਸ਼ ਹੈ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸੰਭ ਬਸੈਂ, ਰਵਿਦਾਸ ਰਹੇ ਪਰਸਨ। ਅਸੀਂ ਰਵਿਦਾਸ ਭਾਈਚਾਰਾ ਅੱਜ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸੁਸਾਇਟੀ ਵੱਲੋਂ ਵੀ ਇਹਨਾਂ ਦੇ ਸਮਰਥਨ 'ਚ ਆਏ ਹਾਂ ਅਤੇ ਉਮੀਦ ਕਰਦੇ ਹਾਂ ਵੀ ਜਦੋਂ ਵੀ ਕਿਸੇ ਵੀ ਭਾਈਚਾਰੇ ਦੇ ਉੱਤੇ ਕੋਈ ਅੱਤਿਆਚਾਰ ਹੁੰਦਾ ਜਾਂ ਘੱਟ ਗਿਣਤੀਆਂ 'ਤੇ ਹੋਵੇ ਜਾਂ ਕਿਸੇ ਵੀ ਸਮੁਦਾਇਕ ਨਹੀਂ ਹੋਵੇ, ਅਸੀਂ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਸਾਥ ਦੇਵਾਂਗੇ ਔਰ ਹਮੇਸ਼ਾ ਇਹਨਾਂ ਦੇ ਸਾਥ ਖੜਾਂਗੇ। ਔਰ ਅਖੀਰ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਬਣਾਉਣੇ ਬੰਦ ਕਰੇ, ਮਸਜਿਦਾਂ ਟਾਉਣੀਆਂ ਬੰਦ ਕਰੇ, ਮੰਦਰ ਟਾਉਣੇ ਬੰਦ ਕਰੇ, ਧਾਰਮਿਕ ਜਿਹੜੇ ਸਾਡੇ ਅਦਾਰੇ ਹੈ ਉਹਨਾਂ ਉੱਤੇ ਤਲਵਾਰਾਂ ਨਾ ਚੱਕੇ। ਇਸ ਵਾਸਤੇ ਅਸੀਂ ਸਖਤ ਵਿਰੋਧ ਕਰਦੇ ਹਾਂ ਅਤੇ ਮੁਸਲਮਾਨ ਭਾਈਚਾਰੇ ਦਾ ਘੱਟ ਗਿਣਤੀਆਂ ਦਾ ਅਸੀਂ ਸਮਰਥਨ ਕਰਦੇ।